वाहिगुरु जी का खालसा वाहिगुरु जी की फतेह। अनमोल विचार चैनल विच तुहाडा स्वागत है। अपनी अज दी वीडियो उन्हां वीर ते भैणां दे लई आ जो अक्सर ये सवाल करते ने कि रोज रोज अमृत वेले उठ के नित नेम करन दा की लाभ आ, भाव कि उन्हां दा कहना ये आ कि रोजाना ही उठ के उही पंज बाणियां पढ़ के की मिल जाएगा। तो अज दी वीडियो दे विच आपां इसे विषय दे उत्ते गल करांगे, इस करके पूरी वीडियो नूं अंत तक ध्यान दे नाल जरूर सुनना अते सब तो पहला कमेंट बॉक्स दे विच धन गुरु नानक देव जी जरूर लिखना। तो देखो जी, सब तो पहला तो मेरे उन्हां वीर अते भैणां दे चरणां दे विच ये बेनती है कि जिन्हां दे मन दे विच ये शंका है कि रोज रोज पाठ करके मिलदा की आ, तो भाई साडा तो मनना ये आ कि सब कुछ मिलिया ही पाठ करके आ, बाणी पढ़ के आ। जदों बाणी पढ़दे आ तां गुरु दी खुशी मिलदी आ, गुरु दा आशीर्वाद मिलदा है, तां करके बाणी पढ़दे आ। अते सब तो वड्डी गल कि गुरु तो ज्ञान मिलदा है, इस करके अमृत वेले रोज रोज बाणी पढ़न दे लई कहा जांदा है। जां फिर सौखे तरीके दे नाल समझ लईए कि आपां घर दे विच रोज रोज सवेरे उठ के साफ सफाई क्यों करदे आ, रोज उठ के घर दे विच झाड़ू क्यों लगाया जांदा है, पोचा क्यों लगाया जांदा है, क्योंकि जेकर आपां अपने घर नूं साफ ना करांगे तां ਸਾਡੇ ਘਰ ਦੇ ਵਿੱਚ ਗੰਦਗੀ ਫੈਲ ਜਾਵੇਗੀ, ਕੂੜਾ ਕਰਕਟ ਫੈਲ ਜਾਵੇਗਾ। ਸਾਡੇ ਘਰ ਦੇ ਵਿੱਚ ਰੱਖੀਆਂ ਹੋਈਆਂ ਕੀਮਤੀ ਵਸਤੂਆਂ ਦੇ ਉੱਤੇ ਵੀ ਮਿੱਟੀ ਘੱਟਾ ਜੰਮ ਜਾਵੇਗਾ। ਇਸੇ ਕਰਕੇ ਰੋਜ਼ ਰੋਜ਼ ਘੱਟਾ ਝਾੜਨਾ ਪੈਂਦਾ ਹੈ, ਰੋਜ਼ ਰੋਜ਼ ਝਾੜੂ ਫੇਰਨਾ ਪੈਂਦਾ ਹੈ, ਰੋਜ਼ ਹੀ ਪੋਚਾ ਫੇਰਨਾ ਪੈਂਦਾ ਹੈ ਤਾਂ ਜੋ ਸਾਡਾ ਘਰ ਸਾਫ ਸੁਥਰਾ ਹੋਵੇ। ਅਤੇ ਉਸੇ ਤਰ੍ਹਾਂ ਆਪਾਂ ਆਪਣੇ ਸਰੀਰ ਦੀ ਸਫਾਈ ਵੀ ਇਸੇ ਕਰਕੇ ਰੱਖਦੇ ਹਾਂ ਕਿ ਸਾਡੇ ਸਰੀਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਰੋਗ ਨਾ ਲੱਗ ਜਾਵੇ। ਇਸੇ ਕਰਕੇ ਆਪਾਂ ਇਸ਼ਨਾਨ ਕਰਦੇ। ਤਾਂ ਜੇਕਰ ਸਾਡੇ ਸਰੀਰ ਨੂੰ ਸਾਫ਼ ਸਫਾਈ ਦੀ ਲੋੜ ਆ, ਸਾਡੇ ਘਰ ਨੂੰ ਸਾਫ਼ ਸਫਾਈ ਦੀ ਲੋੜ ਆ, ਤਾਂ ਫਿਰ ਸਾਡੇ ਮਨ ਨੂੰ ਵੀ ਸਾਫ਼ ਸਫਾਈ ਦੀ ਲੋੜ ਆ। ਕਿਉਂਕਿ ਜੇਕਰ ਅਸੀਂ ਆਪਣੇ ਮਨ ਦੀ ਸਾਫ਼ ਸਫਾਈ ਨਹੀਂ ਕਰਦੇ ਤਾਂ ਇਹਨੂੰ ਵਿਸ਼ੇ ਵਿਕਾਰਾਂ ਦੇ ਰੋਗ ਲੱਗ ਜਾਂਦੇ ਨੇ, ਇਹਦੇ ਵਿੱਚ ਈਰਖਾ ਹੰਕਾਰ ਕਾਮ ਕ੍ਰੋਧ ਇਹ ਸਾਰੀਆਂ ਚੀਜ਼ਾਂ। ਤਾਂ ਜਦੋਂ ਆਪਾਂ ਰੋਜ਼ ਬਾਣੀ ਪੜ੍ਹਦੇ ਹਾਂ ਨਾ, ਤਾਂ ਬਾਣੀ ਇਹਨਾਂ ਵਿਸ਼ੇ ਵਿਕਾਰਾਂ ਦੀ ਸਾਫ਼ ਸਫਾਈ ਕਰਦੀ ਆ, ਸਾਨੂੰ ਮਤ ਆਉਂਦੀ ਆ, ਸਾਨੂੰ ਗੁਰੂ ਦਾ ਗਿਆਨ ਮਿਲਦਾ ਹੈ, ਇਸ ਕਰਕੇ ਬਾਣੀ ਪੜ੍ਹੀ ਜਾਂਦੀ ਆ। ਤਾਂ ਕਦੇ ਵੀ ਅਜਿਹੇ ਸ਼ੰਕੇ ਵਾਲੇ ਸਵਾਲ ਨਹੀਂ ਕਰਨੇ, ਜਾਂ ਫਿਰ ਸਵਾਲ ਕਰਨ ਤੋਂ ਪਹਿਲਾਂ ਕੁਝ ਦਿਨ ਬਾਣੀ ਪੜ੍ਹ ਕੇ ਦੇਖ ਲੈਣਾ ਚਾਹੀਦਾ ਹੈ ਕਿ ਜਦੋਂ ਆਪਾਂ ਸ਼ਰਧਾ ਦੇ ਨਾਲ ਸਤਿਕਾਰ ਦੇ ਨਾਲ ਭਰੋਸੇ ਦੇ ਨਾਲ ਬਾਣੀ ਪੜ੍ਹਦੇ ਹਾਂ ਤਾਂ ਬਾਣੀ ਪੜ੍ਹਨ ਦੇ ਨਾਲ ਸਾਨੂੰ ਕੀ ਮਿਲਦਾ ਹੈ। ਸਭ ਤੋਂ ਪਹਿਲਾਂ ਤਾਂ ਆਤਮ ਵਿਸ਼ਵਾਸ ਦੇ ਵਿੱਚ ਵਾਧਾ ਹੁੰਦਾ ਹੈ। ਵਾਹਿਗੁਰੂ ਅਕਾਲ ਪੁਰਖ ਜੀ ਹਮੇਸ਼ਾ ਸਭ ਦੇ ਨਾਲ ਹੁੰਦੇ ਨੇ, ਬਸ ਫਰਕ ਇੰਨਾ ਹੈ ਕਿ ਅੰਮ੍ਰਿਤ ਵੇਲੇ ਉੱਠਣ ਵਾਲੇ ਬਾਣੀ ਪੜ੍ਹਨ ਵਾਲੇ ਇਨਸਾਨ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰ ਪਾਉਂਦੇ ਨੇ।